ਜੇਕਰ ਤੁਸੀਂ ਵੀ ਵੇਖਣਾ ਚਾਹੁੰਦੇ ਹੋ ਦੇਸ਼ ਤੇ ਦੁਨੀਆ ਦੀਆਂ ਪੰਜਾਬੀ ਖਬਰਾਂ, ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਪਹਿਲਾ ਆਈਕਨ। ਕਹਿੰਦੇ ਨੇ ਗੁੱਸਾ ਵਿਨਾਸ਼ ਦਾ ਘਰ ਹੁੰਦਾ ਹੈ। ਜਲੰਧਰ 'ਚ ਇੱਕ ਪੁਲਿਸ ਮੁਲਾਜ਼ਮ ਨੇ ਗੁੱਸੇ ਦੇ ਵਿੱਚ ਜੋ ਕੁਛ ਕੀਤਾ, ਹਰ ਕੋਈ ਹੈਰਾਨ ਰਹਿ ਗਿਆ। ਇਹ ਤਸਵੀਰਾਂ ਜਲੰਧਰ ਦੀ ਡਾਕਟਰ ਕਲੋਨੀ ਦੀਆਂ ਨੇ। ਇਸ ਕਲੋਨੀ ਦੇ ਵਿੱਚ ਦਿਨ ਦਹਾੜੇ ਲੋਕਾਂ ਨੇ ਗੋਲੀਆਂ ਦੀ ਆਵਾਜ਼ ਸੁਣੀ। ਇਸ ਤੋਂ ਬਾਅਦ ਮੌਕੇ 'ਤੇ ਹੜਕੰਪ ਮੱਚ ਗਿਆ, ਕਿਉਂਕਿ ਪੁਲਿਸ ਮੁਲਾਜ਼ਮ ਨੇ ਆਪਣੀ ਕਾਰਵਾਈ ਦੇ ਨਾਲ ਆਪਣੀ ਪਤਨੀ ਨੂੰ ਗੋਲੀਆਂ ਮਾਰ ਦਿੱਤੀਆਂ ਅਤੇ ਇਸ ਦੇ ਨਾਲ ਹੀ ਖੁਦ ਨੂੰ ਵੀ ਗੋਲੀ ਮਾਰ ਲਈ। ਹਾਲਾਂਕਿ ਫਿਲਹਾਲ ਦੋਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਆਸ ਪਾਸ ਦੇ ਲੋਕਾਂ ਨੇ ਜਦੋਂ ਗੋਲੀਆਂ ਦੀ ਆਵਾਜ਼ ਸੁਣੀ ਤਾਂ ਘਰ 'ਚ ਭੱਜੇ ਗਏ। ਦੋਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਕਿ ਇਹ ਮੁਲਾਜ਼ਮ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 5 'ਚ ਤੈਨਾਤ ਹੈ। ਪਤੀ ਪਤਨੀ ਦੇ ਵਿੱਚ ਕੋਈ ਵਿਵਾਦ ਚੱਲ ਰਿਹਾ ਸੀ। ਇਸ ਸੰਬੰਧੀ ਥਾਣੇ 'ਚ ਵੀ ਦਰਖਾਸਤ ਹੋਈ ਹੋਈ ਸੀ। ਇਸ ਦੇ ਬਾਵਜੂਦ ਪੁਲਿਸ ਨੇ ਕੋਈ ਐਕਸ਼ਨ ਨਹੀਂ ਸੀ ਲਿੱਤਾ, ਜਿਸ ਦਾ ਰਿਐਕਸ਼ਨ ਕੁਛ ਇਸ ਤਰੀਕੇ ਨਾਲ ਆਇਆ ਕਿ ਦੋਨਾਂ ਦਾ ਗੁੱਸਾ ਇੱਕ ਦੂਸਰੇ ਨੂੰ ਮਾਰਨ ਦੇ ਉੱਤੇ ਉਤਾਰੂ ਹੋ ਗਿਆ। ਫਿਲਹਾਲ ਦੋਨੋਂ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਨੇ। ਇਹ ਪਤਾ ਨਹੀਂ ਲੱਗਾ ਕਿ ਗੋਲੀ ਚੱਲਣ ਦੀ ਸਹੀ ਵਜ੍ਹਾ ਕੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਜਲੰਧਰ ਪੁਲਿਸ ਦੇ ਸਾਰੇ ਅਫਸਰ ਮੌਕੇ 'ਤੇ ਪਹੁੰਚ ਗਏ। ਹੁਣ ਇਸ ਗੱਲ ਦੀ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰਕਾਰ ਕਿੰਨਾ ਹਾਲਾਤਾਂ ਦੇ ਵਿੱਚ ਗੋਲੀਆਂ ਚਲਾਈਆਂ ਗਈਆਂ। ਫਿਲਹਾਲ ਦੋਨੋਂ ਜਲੰਧਰ ਦੇ ਸਿਵਲ ਹਸਪਤਾਲ 'ਚ ਦਾਖਲ ਨੇ। ਤੁਸੀਂ ਆਪ ਹੀ ਸੁਣ ਲਓ ਕਿ ਕਹਿ ਰਹੇ ਨੇ ਜਲੰਧਰ ਪੁਲਿਸ ਦੇ SP ਪਰਮਿੰਦਰ ਸਿੰਘ ਪੰਡਾਲ। ਕੰਟਰੋਲ ਰੂਮ ਤੋਂ ਫੋਨ ਆਇਆ ਵੀ ਇੱਦਾਂ ਸਾਡਾ ਲੜਕਾ ਜਿਹੜਾ ਮੁਲਾਜ਼ਮ ਆ ਉਹਨੇ ਆਪਣੇ ਵੀ ਗੋਲੀ ਮਾਰ ਲਈ ਔਰ ਆਪਣੇ ਵਾਈਫ ਦੇ ਵੀ ਗੋਲੀ ਮਾਰ ਲਈ। ਅਤੇ ਇਮੀਜੀਏਟਲੀ ਜਿਹੜੀ ਪਬਲਿਕ ਵਾਲੇ ਲੋਕ ਜਿਹੜੇ ਗੁਆਂਢੀ ਆ ਉਹ ਲੈ ਕੇ ਇੱਥੇ ਸਿਵਲ ਹੋਸਪਿਟਲ ਆਏ ਆ। ਇੱਥੋਂ ਹੁਣ ਅੱਗੇ ਰੈਫਰ ਕਰ ਦਿੱਤਾ, ਕਾਫੀ ਸੀਰੀਅਸ ਆ ਦੋਨੋਂ ਜਣੇ। ਬਾਕੀ ਹੁਣ ਨਹੀਂ, ਹੁਣ ਵੈਰੀਫਾਈ ਕਰਦੇ ਹਾਂ ਜੀ ਕੀ ਗੱਲ ਹੋਈ ਆ, ਕਿਉਂਕਿ ਆਲਰੇਡੀ ਪਹਿਲਾਂ ਡਿਊਟੀ 'ਤੇ ਸੀਗਾ ਯੂਨੀਫਾਰਮ ਦੇ ਵਿੱਚ ਹੀ ਮੈਂ ਦੇਖਿਆ ਇਹਨੂੰ, ਔਰ ਇਹ SST ਟੀਮਾਂ ਜਿਹੜੀਆਂ ਸਾਡੀਆਂ ਬਣੀਆਂ ਉਹਨਾਂ ਦੇ ਵਿੱਚ ਸੀਗਾ। ਇਹ ਆਪਣੀ ਡਿਊਟੀ ਤੋਂ ਆ ਕੇ ਘਰ ਕੋਈ ਕੀ ਪ੍ਰੋਬਲਮ ਆਈ ਇਹਦੇ ਬਾਰੇ ਹੁਣ ਜਾ ਕੋਈ ਪੁਰਾਣਾ ਇਹਨਾਂ ਦਾ ਆਪਸ ਵਿੱਚ ਝਗੜਾ ਚੱਲ ਰਿਹਾ ਅਤੇ ਹੁਣ ਕੀ ਰੀਜ਼ਨ ਹੋਇਆ ਇਹ ਤਾਂ ਹੁਣ ਬਾਅਦ ਦੇ ਵਿੱਚ ਹੀ ਪਤਾ ਚੱਲੂਗਾ। ਹੁਣ ਇਹ ਡਿਵੀਜ਼ਨ ਨੰਬਰ 5 ਜੀ, ਇਹ ਹੁਣ ਉੱਥੇ 5 ਰੌਂਦ ਦੱਸ ਰਿਹਾ ਚੱਲੇ ਆ, ਹੁਣ ਚੈੱਕ ਕਰਦੇ ਸਾਰਾ ਉਸ ਨਹੀਂ। ਇਹ ਕਾਰਬਾਈਨ ਜਿਹੜੀ ਇਹਨੂੰ ਆਪੇ ਇਹਨੂੰ ਲਾਟ ਹੋਈ ਜਿਹੜੀ ਉਹਦੇ ਨਾਲ, ਹਾਂ ਗੌਰਮੈਂਟ ਗੌਰਮੈਂਟ ਇਹ ਉੱਥੇ ਉਜਾਲਾ ਨਗਰ ਦੇ ਵਿੱਚ ਨਹੀਂ, ਇਹ ਮੈਨੂੰ ਹੁਣ ਇਸ ਬਾਰੇ ਨਹੀਂ ਪਤਾ ਕੁਛ। ਇਹ ਹਰਵਿੰਦਰ ਵਾਲਾ ਜਿਹੜਾ ਸਾਡਾ ਮੁਲਾਜ਼ਮ ਜਿਹੜਾ ਹਰਵਿੰਦਰ ਸਿੰਘ ਨਹੀਂ, ਉਹਨਾਂ ਦੀ ਵਾਈਫ ਬਾਰੇ ਤਾਂ ਹੁਣ ਬਾਅਦ 'ਚ ਪਤਾ ਕਰਕੇ ਦੱਸ ਸਕਦੇ।